ਜਸਬੀਰ ਭੁੱਲਰ ਦਾ ਨਿਬੰਧ ਹੈ ਵੇਖ ਮਲਿਕਾ ਜਸਬੀਰ ਆਇਆ ਉਹ ਵਾਰਾ 1981 ਦਾ ਸੀ ਮੇਰੀ ਪੋਸਟਿੰਗ ਅਸਾਮ ਸੂਬੇ ਦੇ ਸ਼ਹਿਰ ਜੋਰਖਾਟ ਨੇੜੇ ਦੇ ਕਸਬੇ ਰੋਰੀਆ ਦੀ ਸੀ ਮੈਂ ਛੁੱਟੀ ਕੱਟਣ ਆਇਆ ਹੋਇਆ ਸੀ ਛੁੱਟੀ ਮੁਖੀ ਤਾਂ ਮੈਂ ਅੰਮ੍ਰਿਤਸਰ ਤੋਂ ਰਾਤ ਦੀ ਗੱਡੀ ਫੜੀ ਤੇ ਦਿੱਲੀ ਪਹੁੰਚ ਗਿਆ ਦਿੱਲੀ ਤੋਂ ਮੈਂ ਸ਼ਾਮ ਵੇਲੇ ਅਸਾਮ ਲਈ ਗੱਡੀ ਫੜਨੀ ਸੀ ਦਿਨ ਮੇਰੇ ਕੋਲ ਸੀ 3 ਵੀਲਰ ਲੈ ਕੇ ਮੈਂ ਉਸ ਘਰ ਪਹੁੰਚ ਗਿਆ ਸੀ ਜਿਸ ਘਰ ਨੇ ਮੈਨੂੰ ਕੁਝ ਘੰਟਿਆਂ ਲਈ ਪਨਾਹ ਦੇਣੀ ਸੀ ਉਸ ਘਰ 'ਚ ਮੇਰੇ ਲਈ ਕਰੁੰਬਲਾਂ ਫੁੱਟਣੀਆਂ ਸਨ ਬੜੇ ਫੁੱਲ ਖੇਡੇ ਸਨ ਉਹ ਘਰ ਅਮ੍ਰਿਤਾ ਮਿਰੋਜ਼ ਦਾ ਸੀ ਮੇਰੀ ਕਾਲ ਬੈਲ ਦੇ ਜਵਾਬ 'ਤੇ ਮਿਰੋਜ਼ ਘਰ ਦੀ ਪਹਿਲੀ ਮੰਜ਼ਿਲ ਦੀਆਂ ਪੌੜੀਆਂ ਉਤਰ ਆਇਆ ਉਹ ਹਮੇਸ਼ਾ ਵਾਂਗੂ ਜ਼ਿਆਦਾ ਭਰਿਆ ਹੋਇਆ ਸੀ ਅਸੀਂ ਦੋਵੇਂ ਅੱਗੜ ਪਿਛੜ ਪੌੜੀਆਂ ਚੜ ਗਏ ਪੌੜੀਆਂ ਦੇ ਉੱਪਰਲੇ ਬੂਹੇ ਦੀਆਂ ਬਰੂਹਾਂ 'ਚ ਖਲੋ ਕੇ ਮਿਰੋਜ਼ ਨੇ ਹਾਕ ਮਾਰਨ ਵਾਂਗੂ ਦੱਸਿਆ ਵੇਖ ਮਲਿਕਾ ਜਸਬੀਰ ਆਇਆ 1972 ਤੋਂ ਅੰਮ੍ਰਿਤਸਰ ਦੇ ਪੂਰੇ ਹੋਣ ਵੇਲੇ ਤੱਕ ਉਹ ਦ੍ਰਿਸ਼ ਹौज खास ਦੀ ਮੇਰੀ ਹਰ ਫੇਰੀ ਵੇਲੇ ਦਾ ਸੀ ਇਮਰੋਜ਼ ਦੀਆਂ ਹਾਕਾਂ ਦੀ ਗਿਣਤੀ ਬੇਪਨਾਹ ਹੋ ਗਈ ਸੀ ਬੋਲ ਚੇਤੇ ਦੇ ਪੱਥਰ ਉੱਤੇ ਖੁਣੇ ਗਏ ਸਨ ਮੇਰੇ ਚਿਹਰੇ ਮੋਹਰੇ ਬਾਰੇ ਕੋਈ ਕਿਤਾਬ ਕਿਧਰੇ ਵੀ ਨਹੀਂ ਸੀ ਉਸ ਕਿਤਾਬ ਦੇ ਨਾਂ ਨੇ ਅਚੰਤ ਚੇਤੀ ਜਨਮ ਲੈ ਲਿਆ ਵੇਖ ਮਲਿਕਾ ਜਸਬੀਰ ਆਇਆ ਵੇਖ ਮਲਿਕਾ ਜਸਬੀਰ ਆਇਆ ਹੈ ਵੇਖ ਮਲਿਕਾ ਜਸਬੀਰ ਉਹ ਦਿਨ ਤੇ ਦੇ ਮਾਰੇ ਹੋਏ ਸਨ ਮੈਨੂੰ ਬਿਠਾ ਕੇ ਅਮਰੋਜ਼ ਪਾਣੀ ਲੈਣ ਚਲਾ ਗਿਆ ਅਮ੍ਰਿਤਾ ਵਾਲੇ ਕਮਰੇ ਦੇ ਬੂਹੇ ਦੀ ਮੋਤੀਆਂ ਤੇ ਮਣਕਿਆਂ ਵਾਲੀ ਝਾਲਰ ਛਣਕੀ ਅਮ੍ਰਿਤਾ ਨੇ ਬੈਠਕ ਚ ਪੈਰ ਧਰਿਆ ਸਾਹਿਤ ਤੇ ਸਿਰਜਣਾ ਦੀ ਪੌਣ ਰੁਮਕਣ ਲੱਗ ਪਈ ਅਮ੍ਰਿਤਾ ਨੇ ਕਿਹਾ ਆਪਾਂ ਨਾਗਮਣੀ ਲਈ ਕੋਈ ਨਵਾਂ ਕਾਲਮ ਸ਼ੁਰੂ ਕਰਨਾ ਹੈ ਨਾਗਮਣੀ ਰਸਾਲੇ 'ਚ ਪਹਿਲਾਂ ਵੀ ਨਵੇਕਲੀ ਤਰ੍ਹਾਂ ਦੇ ਕਈ ਕਾਲਮ ਸਨ ਮੈਂ ਅਚੇਤੇ ਹੀ ਉਹ ਕਾਲਮ ਗਿਣਨ ਲੱਗ ਪਿਆ ਕਾਲੇ ਤੇ ਲੀਰ ਜੁੱਤੀ ਕਸੂਰੀ ਬਲਦੇ ਅੱਖਰ ਮੇਰਾ ਕਮਰਾ ਸ਼ੌਕ ਸੁਰਾਹੀ ਸੱਤ ਸਵਾਲ ਇੱਕ ਸਫਾ ਆਖ ਦਮੁਦ ਰੱਖੀ ਡਿਠਾ ਇੱਕ ਹੱਥ ਮਹਿੰਦੀ ਇੱਕ ਹੱਥ ਛਾਲਾ ਸਿਰ ਧਰ ਗਲੀ ਮੇਰੀ ਆਉ ਤੇ ਮੇਰੀਆਂ ਉਂਗਲਾਂ ਮੁੱਕ ਗਈਆਂ ਪਰ ਕਾਲਮਾਂ ਦੇ ਨਾਂ ਦੀ ਮੁੱਕੇ ਕੀ ਸੋਚਣਾ ਉਨੀ ਦੇ ਨੀ ਅਮ੍ਰਿਤਾ ਪ੍ਰੀਤਮ ਨੇ ਇੱਕ ਖੋਰ ਬੂਆ ਵੀ ਖੋਲਿਆ ਆਇਆ ਸੀ ਜੋਤਿਸ਼ ਵਿਦਿਆ ਤਾਰਿਆਂ ਗ੍ਰਹਾਂ ਜਨਮਾਂ ਜਨਮੰਤਰਾਂ ਦੀ ਕੋਕਪੜਤਾਲ ਦਾ ਬੂਆ ਮੈਨੂੰ ਨਵਾਂ ਕਾਲਮ ਸੁਝ ਗਿਆ ਮੈਂ ਕਿਹਾ ਦੀਦੀ ਨਾਗਮਣੀ 'ਚ ਛਾਪਣ ਲਈ ਆਪਾਂ ਲੇਖਕਾਂ ਨਾਲ ਮੁਲਾਕਾਤ ਕਰਦੇ ਹਾਂ ਉਹਨਾਂ ਨੂੰ ਸਵਾਲ ਪੁੱਛਦੇ ਹਾਂ ਉਹ ਜਵਾਬ ਦਿੰਦੇ ਹਨ ਇਸ ਤਰ੍ਹਾਂ ਲੇਖਕਾਂ ਦੀ ਲਿਖਤ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਬੜੇ ਭੇਤ ਖੁੱਲਦੇ ਹਨ ਜੇ ਭਲਾ ਆਪਾਂ ਲੇਖਕ ਦੀ ਮੂਰਤ ਕੋ ਜਿਸ ਤਰ੍ਹਾਂ ਵਾਹੀਏ ਕਿ ਲੇਖਕ ਘੱਟ ਬੋਲੇ ਜਾਂ ਫਿਰ ਬੋਲੇ ਹੀ ਨਾ ਇਹ ਕਿਸ ਤਰ੍ਹਾਂ ਸੰਭਵ ਹੈ ਇਹ ਤਾਂ ਬਿਲਕੁਲ ਆਸਾਨ ਹੈ ਸਵਾਲ ਤੁਸੀਂ ਪੁੱਛੋ ਜਵਾਬ ਲੇਖਕ ਦੇ ਹੱਥਾਂ ਦੀਆਂ ਲਕੀਰਾਂ ਦੇ ਹੱਥਾਂ ਦੀਆਂ ਰੇਖਾਵਾਂ ਦੀ ਤਸ਼ਰੀਹ ਉਹ ਕਰੇ ਜਿਹਨੂੰ ਰੇਖਾਵਾਂ ਦੀ ਭਾਸ਼ਾ ਆਉਂਦੀ ਹੋਵੇ ਅਮ੍ਰਿਤਾ ਨੇ ਮੇਰੀ ਗੱਲ ਛੱਟ ਬੋਚ ਲਈ ਮਸਲਨ ਸਵਾਲਾਂ ਦੇ ਜਵਾਬ ਕੋਈ ਉਹ ਦੇਵੇ ਜਿਹਨੂੰ ਪਤਾ ਹੋਵੇ ਰੇਖਾਵਾਂ ਕੀ ਬੋਲਦੀਆਂ ਨੇ ਜੀ ਬਿਲਕੁਲ ਹੁਣ ਤੁਸੀਂ ਦੱਸ ਕੀ ਰੱਖੀ ਉਸ ਕਾਲਮ ਦਾ ਨਾਮ ਇਮਰੋਜ਼ ਚਾਹ ਬਣਾ ਕੇ ਲਿਆਇਆ ਸੀ ਉਹਨੇ ਚਾਹ ਵਾਲੇ ਗਲਾਸ ਮੇਜ਼ ਤੇ ਰੱਖੇ ਉਹਦਾ ਹਾਸਾ ਛਣ ਗਿਆ ਨਵੇਂ ਕਾਲਮ ਦੀ ਸ਼ੁਰੂਆਤ 'ਤੇ ਉਹਨੇ ਆਪਣਾ ਹਿੱਸਾ ਪਾ ਦਿੱਤਾ ਇੱਕ ਤਜਰਬਾ ਨਵੇਂ ਕਾਲਮ ਦਾ ਨਾਮ ਪਰਵਾਨ ਹੋ ਗਿਆ ਅਮ੍ਰਿਤਾ ਕਲਿੱਪਬੋਰਡ ਤੇ ਪੈਨ ਚੁੱਕ ਲਈ ਉਹਨੇ ਕੋਰੇ ਕਾਗਜ਼ ਉੱਤੇ ਮੋਟੇ ਅੱਖਰਾਂ 'ਚ ਲਿਖਿਆ ਇੱਕ ਤਜਰਬਾ ਜਸਬੀਰ ਭੁੱਲਰ ਦਾ ਰੇਖਾ ਚਿੱਤਰ ਉਹ ਮੇਰੇ ਵੱਲ ਵੇਖ ਮੁਸਕਰਾਈ ਇਹ ਨਵਾਂ ਕਾਲਮ ਤੇਰੇ ਤੋਂ ਸ਼ੁਰੂ ਕਰਾਂਗੇ ਉਸ ਸ਼ਾਮ ਅਮ੍ਰਿਤਾ ਪ੍ਰੀਤਮ ਤੇ ਉਸਦੀ ਸਹੇਲੀ ਪੰਡਤ ਉਰਮਿਲ ਸ਼ਰਮਾ ਨੇ ਮੁਲਕ ਦੀ ਪ੍ਰਧਾਨ ਮੰਤਰੀ ਮਿਸ ਜਿੰਦਰਾ ਗਾਂਧੀ ਨੂੰ ਮਿਲਣ ਜਾਣਾ ਸੀ ਅਮ੍ਰਿਤਾ ਪ੍ਰੀਤਮ ਮਿਸ ਜਿੰਦਰਾ ਗਾਂਧੀ ਦੀ ਸਹੇਲੀ ਸੀ ਪੰਡਤ ਉਰਮਿਲ ਸ਼ਰਮਾ ਜੋਤਿਸ਼ ਵਿੱਦਿਆ ਦੀ ਮਹਾਰਸੀ ਤੇ ਜਨਮ ਪੱਤਰੀ ਪੜਨ ਦੀ ਵੀ ਉੱਥੇ ਉਹਨੇ ਅਮ੍ਰਿਤਾ ਦੇ ਨਾਲ ਜਾ ਕੇ ਆਪਣੇ ਨਜ਼ੂਮ ਨਾਲ ਇੰਦਰਾ ਗਾਂਧੀ ਦੇ ਆਉਣ ਵਾਲੇ ਦਿਨਾਂ ਬਾਰੇ ਦੱਸਣਾ ਸੀ ਅਮ੍ਰਿਤਾ ਨੇ ਉਰਮਿਲ ਸ਼ਰਮਾ ਨੂੰ ਫੋਨ ਕਰਕੇ ਕਿਹਾ ਕਿ ਉਹ ਛੇਤੀ ਕਾਸ ਕਾਸ ਪੌਂਜਾਵੀ ਉਸ ਰੇਖਾ ਚਿੱਤਰ ਬਾਰੇ ਮੇਰੀ ਜਗਿਆਸਾ ਤੀਬਰ ਹੋ ਗਈ ਪੰਡਤੁਰਮਲ ਸ਼ਰਮਾ ਸਡਾਲਜੂਸੇ ਵਾਲੀ ਸੁਨੱਖੀ ਔਰਤ ਸੀ ਤੇ ਉਮਰ ਚਾਲੀਆਂ ਤੋਂ ਕੁਝ ਟੱਪੀ ਹੋਈ ਇਧਰ ਉਧਰ ਦੀਆਂ ਗੱਲਾਂ ਬਸ ਥੋੜੀਆਂ ਕੁ ਹੀ ਹੋਈਆਂ ਤੇ ਫਿਰ ਸਵਾਲਾਂ ਜਵਾਬਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਉਹਨਾਂ ਦੋਹਾਂ ਦੇ ਸਵਾਲਾਂ ਜਵਾਬਾਂ ਦੇ ਸਿਲਸਿਲੇ 'ਚ ਮੈਂ ਬਸ ਅਨਸਰ ਦੇ ਨੂੰ ਹੀ ਬੋਲਣਾ ਸੀ ਮਸਬੂਨ ਹੌਲੀ ਹੌਲੀ ਕਾਗਜ਼ਾਂ ਉੱਤੇ ਅਗਾਹ ਸਰ ਗਿਆ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਘਰ ਪਹੁੰਚਣ ਦਾ ਵੇਲਾ ਮੁltਵੀ ਨਹੀਂ ਸੀ ਹੋ ਸਕਦਾ ਤੁਰੰਤ ਦਾ ਵੇਲਾ ਹੋਇਆ ਤਾਂ ਅੰਮ੍ਰਿਤਾ ਮੈਨੂੰ ਮੁਖਾਤਬ ਹੋਈ ਜਸਵੀਰ ਤੂੰ ਵੀ ਸਾਡੇ ਨਾਲ ਹੀ ਕਾਰਚ ਬੈਠ ਜਾ ਬਾਕੀ ਦੇ ਸਵਾਲ ਜਵਾਬ ਰਾਤ ਹੋ ਜਾਣਗੇ ਉਥੋਂ ਅਮਰੋਜ ਤੈਨੂੰ ਅੱਗੇ ਛੱਡ ਆਉਣਗੇ ਅੰਮ੍ਰਿਤਾ ਰਾਜ ਦੀ ਪੰਡਤੁਰ ਮਿਲ ਸ਼ਰਮਾ ਨੂੰ ਸਵਾਲ ਪੁੱਛਦੀ ਰਹੀ ਸੀ ਰੇਖਾਵਾਂ ਬੋਲਦੀਆਂ ਰਹੀਆਂ ਸਨ ਉਹ ਰੇਖਾ ਚਤਰਨਾਗਮਣੀ ਦੇ ਅਗਲੇ ਅੰਕ ਚ ਇੱਕ ਤਜਰਬਾ ਕਾਲਮ ਤਹਿਤ ਛਪਿਆ ਸੀ ਸਵਾਲਾਂ ਜਵਾਬਾਂ ਦੇ ਰੂਪ ਵਿੱਚ ਉਹ ਰੇਖਾ ਚਿੱਤਰ ਇਨ ਬਿਨ ਇਸ ਤਰ੍ਹਾਂ ਅਮ੍ਰਿਤਾ ਫਾਰਮੂਲਾ ਅੱਜ ਜੋ ਸਾਡੇ ਕੋਲ ਬੈਠੇ ਹੋਏ ਨੇ ਇਹਨਾਂ ਦਾ ਨਾਂ ਹੈ ਜਸਪੀਰ ਭੁੱਲਰ ਇਹਨਾਂ ਦੇ ਨਾਂ ਤੋਂ ਸਿਵਾਏ ਮੈਂ ਹੋਰ ਕੁਝ ਨਹੀਂ ਬੋਲਾਂਗੀ ਤੂੰ ਇਹਨਾਂ ਦਾ ਹੱਥ ਵੇਖ ਕੇ ਦੱਸ ਕਿ ਲਕੀਰਾਂ ਕੀ ਬੋਲਦੀਆਂ ਹਨ ਔਰ ਮਿਲ ਇਹਨਾਂ ਦੀ ਜਨਮ ਕੁੰਡਲੀ ਕੋਈ ਨਹੀਂ ਨਹੀਂ ਔਰ ਮਿਲ ਫਿਰ ਹੱਥ ਵੀ ਵੇਖਾਂਗੀ ਨਾਲ ਪ੍ਰਸ਼ਨ ਕੁੰਡਲੀ ਵੀ ਬਣਾਵਾਂਗੀ ਕਿੰਨੇ ਵਜੇ ਨੇ ਜਸਪੀਰ 1:05 ਪੰਡਿਤ ਉਰਮਿਲ ਸ਼ਰਮਾ ਨੇ ਇੱਕ ਕਾਗਜ਼ ਉੱਤੇ ਲੀਕਾ ਮਾਰ ਕੇ ਕੁਝ ਖਾਨੇ ਬਣਾਏ ਖਾਨਿਆਂ 'ਚ ਗ੍ਰਹਿਆਂ ਨੂੰ ਬਿਠਾਇਆ ਉਂਗਲਾ ਉੱਤੇ ਕੁਝ ਗਿਣਤੀ ਕੀਤੀ ਤੇ ਉਸ ਕਾਗਜ਼ ਨੂੰ ਮੇਰੀ ਕੁੰਡਲੀ ਤਸੱਵਰ ਕਰ ਲਿਆ ਔਰ ਮਿਲ ਜਸਵੀਰ ਜੀ ਤੁਸੀਂ ਮਿਲਟਰੀ ਚ ਜਸਵੀਰ ਹਾਂ ਪਰ ਤੁਸੀਂ ਕਿਵੇਂ ਜਾਣਿਆ ਉਰਮਿਲ ਕਿਉਂਕਿ ਤੁਹਾਡੀ ਪ੍ਰਸ਼ਨ ਕੁੰਡਲੀ ਅਨੁਸਾਰ वृश्चिक ਰਾਸ਼ੀ ਤੁਹਾਡੇ ਲਗਨ ਚ ਹੈ ਵੀਰਤਾ ਦੀ ਸੂਚਕ ਹੁਣੇ ਜੇ ਤੁਹਾਡੀ ਟ੍ਰਾਂਸਫਰ ਹੋਈ ਹੈ हां होइए पर किवें ਜਾਣਿਆ ਔਰ ਮਿਲ ਤੁਹਾਡੇ ਭਾਗਸਥਾਨ ਉਤੇ ਮੰਗਲ ਦੇ ਨਾਲ ਰਾਹੂ ਪਿਆ ਹੈ ਜੋ ਸਥਾਨ ਬਦਲੀ ਕਰਵਾਉਂਦਾ ਹੈ ਨਾਲ ਹੀ 11ਵੀਂ ਰਾਸ਼ੀ ਦਾ ਮਾਲਕ ਸ਼ਨੀ ਆਪਣੀ ਰਾਸ਼ੀ ਤੋਂ 8ਵੇਂ ਸਥਾਨ ਤੇ ਪਿਆ ਹੋਇਆ ਹੈ ਉਹ ਵੀ ਸਥਾਨ ਬਦਲੀ ਕਰਵਾਉਂਦਾ ਹੈ ਤੁਹਾਡੀ ਅੱਜ ਤੋਂ 1.5 ਮਹੀਨੇ ਬਾਅਦ ਪ੍ਰਮੋਸ਼ਨ ਹੋਏਗੀ ਜਸਪੀਰ ਮੈਂ ਵੀ ਉਮੀਦ ਕਰਦਾ ਹਾਂ ਪਰ ਤੁਸੀਂ ਕਿਵੇਂ ਜਾਣਿਆ ਔਰ ਮਿਲ 1.5 ਮਹੀਨੇ ਬਾਅਦ ਤੁਹਾਡਾ ਲਗਨੇਸ਼ 10ਵੇਂ ਘਰ 'ਚ ਆ ਜਾਏਗਾ ਕਰ ਸਰਕਾਰ ਵਾਲੇ ਖਰਚ ਇਸ ਲਈ ਪ੍ਰਪੋਸ਼ਨ ਹੋ ਜਾਏਗੀ ਤੁਹਾਡੀ ਪਤਨੀ ਨੂੰ ਸਿਰ ਚ ਤਕਲੀਫ ਰਹਿੰਦੀ ਹੈ ਨਾਲ ਹੀ ਉਹ ਬਹੁਤ ਭਾਵੁਕ ਤਬੀਅਤ ਹੈ ਜਸਵੀਰ ਹਾਂ ਉਰਮਿਲ ਤੇ ਨਾਲੇ ਵੀ ਦੱਸ ਦਿਆਂ ਕਿ ਤੁਹਾਡੀ ਜ਼ਿੰਦਗੀ ਚ ਰੋਮਾਂਸ ਤੇ ਮੁਹੱਬਤ ਦਾ ਸੰਜੋਗ ਹੈ ਅਮ੍ਰਿਤਾ ਜਸਵੀਰ ਤੁਹਾਡੀ ਚੁੱਪ ਸ਼ਾਇਦ ਸਵੈ ਜੀਵਨੀ ਦੇ ਲਿਖਣ ਕਾਲ ਤੋਂ ਪਹਿਲਾਂ ਨਹੀਂ ਸੀ ਟੁੱਟਣਾ ਚਾਹੁੰਦੀ ਪਰ ਉਰਮਿਲ ਉਹਨੂੰ ਅੱਜ ਤੋੜਨਾ ਚਾਹੁੰਦੀ ਹੈ ਉਰਮਿਲ ਬੰਦਾ ਭਾਵੇਂ ਚੁੱਪ ਰਹੇ ਪਰ ਗ੍ਰਹਿ ਬੋਲਦੇ ਹਨ ਤੁਹਾਡੇ 7ਵੇਂ ਘਰ 'ਚ ਚੰ드ਰਮਾ ਪਿਆ ਹੋਇਆ ਹੈ ਉਹ ਰੂਹ ਦੇ ਪਾਣੀਆਂ 'ਚ ਤੂਫਾਨ ਤਾਂ ਲਿਆਏਗਾ ਹੀ ਇਹ ਦੱਸੋ ਕਿ ਤੁਹਾਨੂੰ ਗੁਪਤ ਚਿੰਤਾ ਕਾਦੀ ਹੈ ਗੋਚਰ ਕੁੰਡਲੀ ਦੇ ਮੁਤਾਬਕ ਤੁਹਾਡੇ ਲਗਨ 'ਚ ਕੇਤੂ ਪਿਆ ਹੋਇਆ ਹੈ ਉਹ ਗੁਪਤ ਚਿੰਤਾ ਦਿੰਦਾ ਹੈ ਜਸਪੀਰ ਸਿਰਫ ਇਹ ਚਿੰਤਾ 'ਚ ਇਨਸਾਨ ਜਿਵੇਂ ਜਿਉਣਾ ਚਾਹੁੰਦਾ ਉਸ ਤਰ੍ਹਾਂ ਜੀ ਨਹੀਂ ਸਕਦਾ ਉਹ ਕੁਝ ਹੋਰ ਹੀ ਤਰ੍ਹਾਂ ਜੀ ਵੀ ਜਾਂਦਾ ਹੈ ਅਮ੍ਰਿਤਾ ਜਸਵੀਰ ਦੀਆਂ ਕਹਾਣੀਆਂ ਤੋਂ ਵਿੱਚ ਬੇਚੈਨੀ ਦਾ ਥਾ ਪੈਂਦਾ ਪਰ ਕਿਸੇ ਮੰਜ਼ਿਲ ਦਾ ਨਹੀਂ ਤੋ ਦਸ ਔਰਮਿਲ ਕਿ ਇਹ ਜਜ਼ਬਾਤੀ ਅਮੀਰੀ ਕਿਸੇ ਰਿਸ਼ਤੇ ਦੀ ਅਮੀਰੀ ਦਾ ਇਸ਼ਾਰਾ ਕਰਦੀ ਹੈ ਔਰਮਿਲ ਨਹੀਂ ਇਹ ਸਿਰਫ ਦਿਲ ਤੱਕ ਦੇ ਕਾਲਮ ਤੱਕ ਰਹੇਗੀ ਅਮ੍ਰਿਤਾ ਜਸਵੀਰ ਇਹ ਬੇਚੈਨੀ ਸਭ ਤੋਂ ਵੱਧ ਕਿਹੜੀ ਕਹਾਣੀ ਦੇ ਹਵਾਲੇ ਕੀਤੀ ਸੀ ਜਸਵੀਰ ਮਰਸੀਏ ਦੀ ਉਮਰ ਦੇ ਹਵਾਲੇ ਔਰਮਿਲ ਇਹਨਾਂ ਦਾ ਹੱਥ ਵੇਖੋ ਇੱਕ ਔਰਤ ਦੀ ਆਮਦ ਇਹਨਾਂ ਦੀ ਆਯੂ ਰੇਖਾ ਕਿਸਮਤ ਰੇਖਾ ਤੇ ਮਸਤਕ ਰੇਖਾ ਤੱਕ ਨੂੰ ਚੀਰ ਕੇ ਲੰਘਦੀ ਸਪਸ਼ਟ ਦਿਖਦੀ ਹੈ ਅਮਲਿਤਾ ਕਿਉਂ ਜਸਵੀਰ ਜਬ ਦਾ ਇਸ ਰੇਖਾ ਨੇ ਸਿਰਫ ਆਯੂ ਰੇਖਾ ਕਿਸਮਤ ਰੇਖਾ ਤੇ ਮਸਤਕ ਰੇਖਾ ਨਹੀਂ ਚੀਰੀ ਚੁੱਪ ਰੇਖਾ ਵੀ ਚੀਰ ਰਹੀ ਹੈ ਜਸਵੀਰ ਸੱਚਮੁੱਚ ਚੀਰ ਰਹੀ ਹੈ ਇਸ ਲਈ ਬੋਲਣਾ ਪਵੇਗਾ ਕਿ ਜਜ਼ਬਾਤੀ ਤੂਫਾਨ ਆਇਆ ਸੀ ਉਸ ਵੇਲੇ ਮੈਂ ਪੋਸਟ ਸਕ੍ਰਿਪਟ ਸੁੱਕੀ ਨਦੀ ਦੇ ਤਰਾਕ ਹੀਰੀ ਹਿਰਾ ਮੰਡੀ ਦੇ ਚੁਬਾਰੇ ਵਾਵ ਰੋਲਿਆਂ ਦੀ ਜੂਨ ਤੇ ਲਾਸਾਂ ਦੇ ਸ਼ਹਿਰ ਜਈਆਂ ਕਹਾਣੀਆਂ ਲਿਖੀਆਂ ਸਨ ਅਮ੍ਰਿਤਾ ਤੇ ਜੋ ਕਲਮ ਦੀ ਨੋਕ ਤੇ ਆ ਕੇ ਵੀ ਨਹੀਂ ਸੀ ਆ ਸਕਿਆ ਜਸਵੀਰ ਉਹ ਮੰਨ ਦੀ ਹਾਲਤ ਸੀ ਜੋ ਸਮਾਜ ਦੀਆਂ ਵਰਜਿਤ ਗਲੀਆਂ ਵਿੱਚੋਂ ਵੀ ਤਨ ਦੇ ਕੱਪੜੇ ਪਾੜ ਕੇ ਲੰਘ ਜਾਣਾ ਚਾਹੁੰਦੀ ਸੀ ਅਮ੍ਰਿਤਾ ਫਿਰ ੁਰਮਿਲ ਚੰਗੀ ਤਰ੍ਹਾਂ ਹੱਥ ਤੇ ਪੱਤਰੀ ਵੇਖ ਉਹ ਜਿਨੇ ਸਾਡੇ ਜਸਵੀਰ ਨੂੰ دیਵਾਨਾ ਕਰ ਦਿੱਤਾ ਉਹ ਉਰਮਿਲ ਉਹ ਵਿਚਾਰੀ ਦੋ ਗ੍ਰਹਿਆਂ ਚ ਘिरी ਹੋਈ ਹੈ ਇਹ ਵੇਖੋ ਪ੍ਰੇਮਿਕਾ ਦੇ ਘਰ ਦਾ ਮਾਲਕ ਬ੍ਰਹਸਪਤੀ ਹੈ ਉਹਦੇ ਇੱਕ ਪਾਸੇ ਸ਼ਨੀ ਹੈ ਦੂਜੇ ਪਾਸੇ ਨੀਚ ਦਾ ਸ਼ੁਕਰ ਸ਼ਨੀ ਪੁਰਸ਼ ਦਾ ਸੂਚਕ ਹੈ ਸ਼ੁਕਰ ਔਰਤ ਦਾ ਉਸ ਔਰਤ ਦੇ ਇੱਕ ਪਾਸੇ ਇੱਕ ਔਰਤ ਵੱਲੋਂ ਰੁਕਾਵਟ ਹੈ ਦੂਜੇ ਪਾਸੇ ਇੱਕ ਮਰਦ ਵੱਲੋਂ ਉਹ ਹਮੇਸ਼ਾ ਇਸ ਹਾਲਤ ਚ ਘिरी ਰਹੇਗੀ ਅਮ੍ਰਿਤਾ ਸੋ ਸਾਡੇ ਜਸਵੀਰ ਦੇ ਜ਼ੈਨਟ ਰਹੇਗੀ ਜ਼ਿੰਦਗੀ ਚ ਨਹੀਂ ਆਏਗੀ ਜਸਵੀਰ ਥੋੜੀ ਜੀ ਤਰਮੀਮ ਕਰਨਾ ਚਾਹਨਾ ਉਸਨੂੰ ਤਵੀ ਰਹੇਗੀ ਕਲਮ ਵਿੱਚ ਵੀ ਰਮੇਲ ਜਸਵੀਰ ਜੀ ਤੁਹਾਡੇ ਗੁਰੂ ਪਰਬਤ ਉੱਤੇ ਇੱਕ ਰੇਖਾ ਹੈ ਜੋ ਤੁਹਾਨੂੰ ਰੋਹਾਨੀ ਸ਼ਕਤੀ ਦਿੰਦੀ ਹੈ ਉਹ ਸਮਾਜ ਲਈ ਕल्याणकारी ਹੈ ਤੁਸੀਂ ਕੋਈ ਆਦਰਸ਼ਕ ਕੰਮ ਜ਼ਰੂਰ ਕਰੋਗੇ ਤੁਹਾਡੀ ਮਸਤਕ ਰੇਖਾ ਚੰਦਰ ਪਰਬਤ ਉੱਤੇ ਜਾ ਰਹੀ ਹੈ ਜੀਵਨ ਰੇਖਾ ਨਾਲੋਂ ਇੱਕ فاਸਲੇ ਤੇ ਹੈ ਇਸ ਲਈ ਉਹ ਤੁਹਾਡੀ ਸ਼ਖਸੀਅਤ ਨੂੰ ਇੱਕ ਨਿਰਾਲਾਪਨ ਦਿੰਦੀ ਹੈ ਇਕਾਂਤ ਵਿੱਚ ਰਹਿਣਾ ਤੁਹਾਨੂੰ ਜ਼ਰੂਰ ਪਸੰਦ ਹੋਏਗਾ ਇਹ ਰੇਖਾ ਥੋੜਾ ਜਿਹਾ ਨਿਰਾਸ਼ਾਵਾਦੀ ਵੀ ਬਣਾਉਂਦੀ ਹੈ ਪਰ ਕਲਪਨਾਸ਼ੀਲ ਬਹੁਤ ਬਣਾਉਂਦੀ ਹੈ ਜਸਪੀਰ ਇਕਾਂਤ ਮੈਨੂੰ ਬਹੁਤ ਪਸੰਦ ਹੈ ਸ਼ਾਇਦ ਇਸ ਲਈ ਕਿ ਉਹਦਾ ਤਾਲੁਕ ਕਲਪਨਾ ਨਾਲ ਹੁੰਦਾ ਹੈ ਉਦੋਂ ਮੈਂ ਆਪਣੇ ਆਪ ਨੂੰ ਆਪਣੇ ਕੋਲ ਬਿਠਾ ਲੈਂਦਾ ਇਸ ਲਈ ਇਕਾਂਤ ਹੁੰਦੀ ਹੈ ਇਕੱਲਾਪਣ ਨਹੀਂ ਔਰ ਮਿਲ ਤੁਹਾਡੇ ਅੰਗੂਠੇ ਉੱਤੇ ਤਿਲ ਹੈ ਉਹ ਤੁਹਾਡੀ ਮਿਹਨਤ ਨੂੰ ਫਲ ਦੇਵੇਗਾ ਨਾਲੇ ਅੰਗੂਠਾ ਤਣਿਆ ਹੋਇਆ ਹੈ ਇਸ ਲਈ ਤੁਹਾਡੀ ਇੱਛਾ ਸ਼ਕਤੀ ਬਹੁਤ ਤਗੜੀ ਹੋਣੀ ਚਾਹੀਦੀ ਹੈ ਨਾਲੀ ਤੁਹਾਡੇ ਅੰਗੂਠੇ ਉੱਤੇ ਯਵ ਰੇਖ ਹੈ ਯਾਨੀ ਆਇਲੈਂਡ ਇਹ ਹਰ ਥਾਂ ਮਾੜਾ ਹੁੰਦਾ ਪਰ ਅੰਗੂਠੇ ਉੱਤੇ ਬਹੁਤ ਚੰਗਾ ਇਨਸਾਨ ਕਿਸਮਤ ਵਾਲਾ ਹੁੰਦਾ ਸਾਰੀ ਜ਼ਿੰਦਗੀ ਸੁਖੀ ਬੀਤਦੀ ਹੈ ਆਰਾਮ ਦੇ ਇਹ ਹੋਵੇ ਤਾਂ ਥੋੜੀ ਜੀ ਮਿਹਨਤ ਵੀ ਬਹੁਤ ਫਲ ਦਿੰਦੀ ਹੈ ਅਮ੍ਰਿਤਾ ਤੇ ਦਿਲ ਦਾ ਮਾਮਲਾ ਕਿਵੇਂ ਹੈ ਫਰਮੈਲ ਇਹਨਾਂ ਦੀ ਹਿਰਦੇ ਰੇਖਾ ਕਈ ਥਾਂ ਕੁੱਟੀ ਹੋਈ ਹੈ ਦੋਸਤੀ ਤੇ ਮੁਹੱਬਤ ਵਿੱਚ ਕਈ ਵਾਰੀ ਨਿਰਾਸ਼ਤਾ ਮਿਲੀ ਹੋਏਗੀ ਹਿਰਦੇ ਰੇਖਾ ਤੋਂ ਕਈ ਨਿਕੀਆਂ ਲਕੀਰਾਂ 헤ਠਾ ਮਸਤਕ ਰੇਖਾ ਵੱਲ ਚੁਕੀਆਂ ਹੋਈਆਂ ਹਨ ਜਿਨ੍ਹਾਂ ਦਾ ਮਤਲਬ ਹੈ ਦਿਲ ਨੇ ਕਈ ਵਾਰੀ ਦਿਮਾਗੀ ਪਰੇਸ਼ਾਨੀ ਦਿੱਤੀ ਹੋएगी ਇੱਕ ਹੋਰ ਖਤਰਨਾਕ ਗੱਲ ਵੀ ਦੱਸਦੇ ਹਾਂ ਜਸਬੀਰ ਅਸਲ ਖਤਰਾ ਚੁੱਪ ਨੂੰ ਤੋੜਨ ਵਿੱਚ ਸੀ ਉਹ ਟੁੱਟ ਗਈ ਤਾਂ ਹੁਣ ਕੋਈ ਖਤਰਾ ਨਹੀਂ ਦੱਸਦੇ ਹੋਏ ਤੁਹਾਡੇ ਹਿਰਦੇ ਰੇਖਾ ਤੋਂ ਇੱਕ ਰੇਖਾ ਨਿਕਲ ਕੇ 헤ਠਾ ਮਸਤਕ ਰੇਖਾ ਨੂੰ ਛੋ ਰਹੀ ਹੈ ਇਦਾ ਮਤਲਬ ਹੈ ਤੁਹਾਨੂੰ ਅਚਾਨਕ ਇਹੋ ਜਿਹਾ ਗੁੱਸਾ ਆ ਜਾਂਦਾ ਹੋਵੇਗਾ ਜੋ ਕਿਸੇ ਨੂੰ ਇੱਟ ਪੱਥਰ ਤੱਕ ਮਾਰ ਸਕਦਾ ਹੋਵੇਗਾ ਇਹ ਗੁੱਸਾ ਕਿਸੇ ਦਾ ਗਲਾ ਦਬਾਨ ਤੱਕ ਵੀ ਜਾ ਸਕਦਾ ਹੈ ਜਸਵੀਰ ਮੈਂ ਤਸلیم ਕਰਦਾ ਇੱਕ ਹਾਦਸਾ ਸੁਣਾਵਾਂ ਵੀ ਸਕਦਾ ਜਦੋਂ ਮੈਂ ਕਾਲਜ ਚ ਪੜ੍ਹਦਾ ਸੀ ਮੇਰਾ ਸਮਾਜ ਸ਼ਾਸਤਰ ਦਾ ਪ੍ਰੋਫੈਸਰ ਹਿੰਦੀ ਦਾ ਕਵੀ ਸੀ ਇੱਕ ਦਿਨ ਸ਼ਾਇਰੀ ਦੀਆਂ ਗੱਲਾਂ ਕਰਦਾ ਕਹਿਣ ਲੱਗਾ ਕਿ ਪੰਜਾਬੀ ਕੋਈ ਜ਼ਬਾਨ ਨਹੀਂ ਉਹ ਹਿੰਦੀ ਦੀ ਉਪਭਾਸ਼ਾ ਹੈ ਉਸ ਵੇਲੇ ਮੇਰੇ ਤੇ ਇੱਕ دیਵਾਨਗੀ ਤਾਰੀ ਹੋ ਗਈ ਨਾਨੂ ਗੋਲੰਭਾ ਲਿਆ ਨਾਲ ਹੀ ਕਿਹਾ ਜੋ ਆਖਿਆ ਇੱਕ ਵਾਰ ਫੇਰ ਮੂੰਹੋਂ ਕੱਢ ਉਹ ਮੇਰੇ ਹੱਥਾਂ ਚੋਂ ਗਿੱਚੀ ਛੁਡਾ ਕੇ ਮਸਾ ਨਸਿਆ ਇਹ اچਾਂਕੀ ਗੁੱਸਾ ਹੁਣ ਵੀ ਮੇਰੇ ਸੁਭਾ ਦਾ ਹਿੱਸਾ ਹੈ ਔਰ ਮਿਲ ਹਾਂ ਇੱਕ ਹੋਰ ਗੱਲ ਜਸਪੀਰ ਜੀ ਤੁਸੀਂ ਕੁਝ ਸਾਲਾਂ ਬਾਅਦ ਕਿਸੇ ਹੋਰ ਮੁਲਕ ਚ ਜਾਓਗੇ ਤੇ ਉੱਥੇ ਜਾ ਕੇ ਬਹੁਤ ਪੈਸਾ ਕਮਾਓਗੇ ਅਮ੍ਰਿਤਾ ਇਹ ਆਪਣੀ ਕਲਮ ਤੋਂ ਸ਼ੋਹਰਤ ਕਿੰਨੀ ਕੁ ਕਮਾਉਣਗੇ ਔਰ ਮਿਲ ਬਹੁਤੀ ਨਹੀਂ ਪਰ ਸੂਰਜ ਰੇਖਾ ਦੀ ਛਾਕ ਬੁੱਧ ਪਹਾੜ ਉੱਤੇ ਜਾ ਰਹੀ ਹੈ ਇਸ ਲਈ ਇਹਨਾਂ ਕੋਲ ਲਿਖਣ ਦੀ ਕਾਬਲੀਅਤ ਹਮੇਸ਼ਾ ਰਹੇਗੀ ਜਸਵੀਰ ਫਿਰ ਮੈਂ ਖੁਸ਼ ਹਾਂ ਕਾਬਲੀਅਤ ਰਹਿਣੀ ਚਾਹੀਦੀ ਹੈ ਕਾਬਲੀਅਤ ਸ਼ਰਤ ਦੀ ਮਹਤਾਜ ਨਹੀਂ ਹੁੰਦੀ ਨਾ ਉਹਨੂੰ ਹੋਣਾ ਚਾਹੀਦਾ ਨਿੱਕਾ ਜਿਹਾ ਸਫ਼ਰ ਛੇਤੀ ਮੁੱਕ ਗਿਆ ਸੀ ਅਚਨ ਚੇਤੇ ਅਮਰਤਾ ਦੇ ਸਵਾਲਾਂ ਸਾਹਮਣੇ ਇੰਦਰਾ ਗਾਂਧੀ ਦੇ ਘਰ ਦੀ ਕੰਦ ਆ ਗਈ ਉਹਕਰ ਖਾਸ ਖਾਸੇ ਨਾ ਵੀ ਨੇੜੇ ਨਹੀਂ ਸੀ ਹੋਣਾ ਚਾਹੀਦਾ ਕਿ ਕਿਸੇ ਅਦਨੇ ਲੇਖਕ ਦਾ ਰੇਖਾਚਿੱਤਰ ਵੀ ਅਧੂਰਾ ਰਹਿ ਜਾਏ ਮੈਂ ਉਦੋਂ ਇਸ ਤਰ੍ਹਾਂ ਸੋਚਿਆ ਸੀ ਉਸ ਤੋਂ ਪਿੱਛੋਂ ਮੈਂ ਵੀ ਅਣਗਿਣਤ ਵਾਰ ਅਮ੍ਰਿਤਾ ਮਿਰੋਜ਼ ਦੇ ਘਰ ਗਿਆ ਸਨ ਮੇਰੇ ਆਉਣ ਦੀ ਖਬਰ ਮਿਰੋਜ਼ ਨੇ ਪਹਿਲਾਂ ਵਾਂਗੂ ਹੀ ਅਮ੍ਰਿਤਾ ਨੂੰ ਦਿੱਤੀ ਸੀ ਪਰ ਉਸ ਰੇਖਾਚਿੱਤਰ ਦੀ ਇਬਾਰਤ ਮੁੜ ਗਾ ਨਹੀਂ ਸੀ ਤੁਰੀ ਹੁਣ ਉਸ ਰੇਖਾਚਿੱਤਰ ਦੇ ਪੂਰੇ ਹੋਣ ਦਾ ਕੋਈ ਅਸਾਰ ਬਾਕੀ ਨਹੀਂ ਨਾ ਉਹ ਪੌੜੀਆਂ ਉੱਥੇ ਨੇ ਤੇ ਨਾ ਅਮ੍ਰਿਤਾ بس ਹਵਾ ਚ ਇਕ ਆਵਾਜ਼ ਠਹਿਰੀ ਹੋਈ ਹੈ ਵੇਖ ਮਲਿਕਾ ਜਸਬੀਰ ਆਇਆ 1981 ਦੇ ਬਰੇ ਤੋਂ ਪਿੱਛੋਂ ਇੱਕ ਫਾਈਲ ਮੇਰੇ ਕਮਰੇ ਦੀਆਂ ਫਾਈਲਾਂ ਚ ਜਮਾ ਹੋ ਗਈ ਉਸ ਫਾਈਲ ਦੇ ਅੰਦਰ ਇੱਕ ਅਦਦ ਮਜ਼ਮੂਨ ਸੀ ਇੱਕ ਤਜਰਬਾ ਜਸਬੀਰ ਭੁੱਲੜ ਦਾ ਰੇਖਾ ਚਿੱਤਰ ਫਾਈਲ ਦੇ ਬਾਰੇ ਮੈਂ ਮੋٹے ਅੱਖਰਾਂ ਚ ਲਿਖ ਦਿੱਤਾ ਵੇਖ ਮਲਿਕਾ ਜਸਬੀਰ ਆਇਆ ਉਸ ਫਾਈਲ ਦੀ ਉਡੀਕ ਪ੍ਰੇਮੀ ਦੀ ਉਡੀਕ ਵਰਗੀ ਸੀ ਉਡੀਕ ਥੱਕਣ ਵਾਲੀ ਨਹੀਂ ਉਡੀਕ ਬੜਿਆਂ ਲੰਮੀ ਸੀ ਮੇਰੇ ਮੁਹੱਬਤੀ ਯਾਰ ਸਰਬਜੀਤ 베ਦੀ ਨੇ ਉਸ ਉਡੀਕ ਦੀ ਉਂਗਲ ਫੜ ਲਈ ਉਹਨੇ ਬੇਲੀਆਂ ਨੂੰ ਸ਼ਬਦ ਚਿੱਤਰ ਭੇਜਣ ਲਈ ਚਿੱਠੀਆਂ ਲਿਖ ਦਿੱਤੀਆਂ ਇੱਕ ਹੰਬੀ ਹੋਈ ਫਾਈਲ ਦੇ ਦੋ ਗੱਤਿਆਂ ਦੇ ਵਿੱਚ ਘਾਰ ਪਿਆ ਇੱਕ ਇਕੱਲਾ ਮਜ਼ਮੂਨ ਸਾਲਾਂ ਦੇ ਸਾਲ ਆਪਣੇ ਸੁੰਨਸਾਨ ਨੂੰ ਝੂਰਦਾ ਰਿਹਾ ਫਾਈਲ ਦੇ ਬਾਹਰ ਲਿਖਿਆ ਹੋਇਆ ਇੱਕ ਨਾਮ ਵਕਤ ਦੇ ਸੇਕ ਨਾਲ ਫਿੱਕਾ ਪੈਂਦਾ ਰਿਹਾ ਉਹ ਨਾਮ ਆਪਣੇ ਕਿਤਾਬ ਨੂੰ ਉਡੀਕਦਾ ਰਿਹਾ ਇੱਕ-ਇੱਕ ਕਰਕੇ ਮਜ਼ਮੂਨ ਫਾਈਲ ਦਾ ਬਹੁਤ ਠਕੋਰਨ ਲੱਗ ਪਈ। ਕਿਤਾਬ ਦੇ ਨਾਮ ਦੇ ਅੱਖਰ ਗੂੜੇ ਹੋਣ ਲੱਗ ਪਏ। ਇੱਕ-ਇੱਕ ਕਰਕੇ ਮਜ਼ਮੂਨ ਕਈ ਹੋ ਗਏ। ਤੇ ਉਹ ਜੋ ਅਧੂਰੇ ਮਜ਼ਮੂਨ ਵਾਲੀ ਸੋਚੀ ਹੋਈ ਕਿਤਾਬ ਦਾ ਅਨੁਵਾਨ ਮਾਤਰ ਸੀ। ਗੈ ਗੱਟ ਲਿਖਾਂ ਵਾਲੀ ਕਿਤਾਬ ਦਾ ਸੱਚਮੁੱਚੇ ਦਾ ਨਾਮ ਹੋ ਗਈ। ਉਦੋਂ ਕਿਤਾਬ ਛਾਪਣ ਦੀ ਨਾ ਮੈਨੂੰ ਕੋਈ ਕਾਹਲੀ ਸੀ ਤੇ ਨਾ ਕਿਤਾਬ ਦੇ ਸੰਪਾਦਕ ਡਾਕਟਰ ਸਰਬਜੀਤ ਬੇਦੀ ਨੂੰ ਕਿਤਾਬ ਦੇ ਹਰਫਾਂ ਨੂੰ ਪਹਿਲੋਂ ਸਰਬਜੀਤ ਦੀ ਕਸੌਟੀ ਚੋਂ ਲੰਘਣਾ ਪੈਣਾ ਸੀ ਚਿਰਾਂ ਤੋਂ ਮੁਖਾਲਿਫ ਹਵਾਵਾਂ ਵਗ ਰਹੀਆਂ ਸਨ ਉਹ ਹਵਾਵਾਂ ਮਰਤਾ ਨੂੰ ਆਪਣੇ ਨਾਲ ਲੈ ਗਈਆਂ ਸਨ ਮੁਖਾਲਿਫ ਹਵਾਵਾਂ ਫਿਰ ਵੀ ਵਗਦੀਆਂ ਹੀ ਰਹੀਆਂ ਸਨ ਪਤਾ ਨਹੀਂ ਕਿਹਦੇ ਕਿਹਦੇ ਲਈ ਵਗਦੀਆਂ ਰਹੀਆਂ ਸਨ ਤੇ ਫਿਰ ਵਰਿਆਂ ਪਿੱਛੋਂ ਸਰਬਜੀਤ ਨੂੰ ਜਾਪਿਆ ਨਾਮੁਰਾਦ ਹਵਾਵਾਂ ਉਹਨੂੰ ਵੀ ਉਡਾ ਕੇ ਲੈ ਚਲੀਆਂ ਸਨ ਉਸ ਕਾਲੀ ਨਾਲ ਖਰੜਾ ਸਮੇਟਿਆ ਤੇ ਫਾਈਲ ਉੱਤੇ ਲਿਖ ਦਿੱਤਾ ਇਹ ਫਾਈਲ ਜਸਬੀਰ ਫੁੱਲਰ ਦੇ ਦੇਣਾ ਇਸ 170 ਦੀ ਤਸਵੀਰ ਬਾਰੇ ਸੋਚ ਕੇ ਹੀ ਮੈਨੂੰ ਹੌਲ ਪੈਂਦਾ ਠੱਠੇ ਖੂਚ ਪਵੇ ਕਿਤਾਬ ਮੁਹੱਬਤੀ ਯਾਰ ਨਾਲੋਂ ਮੈਨੂੰ ਕੁਝ ਹੋਰ ਵੀ ਮੈਨੂੰ ਕੁਝ ਵੀ ਹੋਰ ਚੰਗਾ ਨਹੀਂ ਸੀ ਤੇ ਮੈਂ ਉਹ ਫਾਈਲ ਪਾਸੇ ਧਰ ਦਿੱਤੀ ਸੀ ਵਰਿਆਂ ਨੇ ਉਸ ਫਾਈਲ ਨੂੰ ਸੰਭਾਲੇ ਰੱਖਿਆ ਵਰਿਆਂ ਨੇ ਸਰਬਜੀਤ ਨੂੰ ਇੱਕ ਹੱਦ ਤੱਕ ਰਾਜ਼ੀ ਵੀ ਕਰ ਦਿੱਤਾ ਕਿਤਾਬ ਨੇ ਮੁੜ ਸਿਰ ਪਟਿਆ ਸੀ ਤੁਰ ਸ਼ਵਮਾ ਉਦੋਂ ਵੀ ਵਗ ਰਹੀਆਂ ਸਨ ਇੱਕ ਚੰਦਰਾ ਸੁਪਨਾ ਵੇਲਾ ਅੰਤ ਮਰਦਾ ਅਸਦਾ ਮੁੱਖ ਦਵਾਰ ਦੇ ਨਾਲ ਹੀ ਮੇਜ਼ ਉੱਤੇ ਮੇਰੀ ਤਸਵੀਰ ਪਈ ਸੀ ਤਸਵੀਰ ਦੇ ਸਾਹਮਣੇ ਵੱਡੇ ਸਾਰੇ ਥਾਲ ਚ ਗੁਲਾਬ ਦੀਆਂ ਫੁੱਲ ਪੱਤੀਆਂ ਦਾ ਢੇਰ ਸੀ ਉਧਰੋਂ ਲੰਘਦੇ ਹੋਏ ਲੋਕ ਇੱਕ ਛਿਣ ਰੁਕ ਕੇ ਕੁਝ ਫੁੱਲ ਪੱਤੀਆਂ ਤਸਵੀਰ ਤੇ ਚੜਾ ਦਿੰਦੇ ਹੱਥ ਜੋੜਦੇ ਹੈ ਗਾਂ ਲੰਘ ਜਾਂਦੇ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਸਨ ਉਹ ਫੁੱਲ ਮੇਰੀ ਤਸਵੀਰ ਲਈ ਕਿਉਂ ਸਨ ਮੈਂ ਤਾਂ ਉੱਥੇ ਹੀ ਖਲੋਤਾ ਹੋਇਆ ਸੀ ਗੁਰਦੁਆਰੇ ਦੇ ਅੰਦਰ ਨੌਵੇਂ ਮਹੱਲੇ ਦੇ ਸ਼ਲੋਕ ਪੜੇ ਜਾ ਰਹੇ ਸਨ ਮੈਂ ਜੋਸਾ ਹੁਣ ਨਹੀਂ ਸਾਂ ਭੋਗ ਪ੍ਰੰਤਖੜਾ ਪ੍ਰਸ਼ਾਦੀ ਦੀ ਤੇਕ ਵਰਤਾਈ ਗਈ ਸੰਗਤਾਂ ਇੱਕ ਇੱਕ ਕਰਕੇ ਉੱਠਣ ਲੱਗ ਪਈਆਂ ਮਾਈਕ ਉਤੇ ਸੂਚਨਾ ਦਿੱਤੀ ਗਈ ਬਾਹਰ ਮੇਜ਼ ਉਤੇ ਜਸਪੀਰ ਭੁੱਲਰ ਜੀ ਦੀ ਆਖਰੀ ਕਿਤਾਬ ਰੱਖੀ ਹੋਈ ਹੈ ਸਾਰੇ ਸੱਜਣ ਬੀਬੀਆਂ ਉਸ ਕਿਤਾਬ ਦੀ ਨੌਂਗੀ ਦੀ ਕਾਪੀ ਨਾਲ ਲੈ ਜਾਣ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਅੱਗਲ ਵਾਂਡੀ ਬਾਹਰ ਪਹੁੰਚ ਗਿਆ ਗੁਰਦੁਆਰੇ ਅੰਦਰ ਆਉਣ ਵੇਲੇ ਉਹਨਾਂ ਮੇਰੀ ਤਸਵੀਰ ਦੇ ਨੇੜੇ ਇੱਕ ਹੋਰ ਮੇਜ਼ ਰੱਖ ਦਿੱਤਾ ਸੀ ਤੇ ਉਸ ਉੱਤੇ ਕ੍ਰੀਨੇ ਨਾਲ ਕਿਤਾਬਾਂ ਰੱਖ ਦਿੱਤੀਆਂ ਸਨ। ਕਿਤਾਬ ਦਾ ਨਾਮ ਵੇਖ ਕੇ ਮੈਂ ਤਰਬ ਗਿਆ। ਇਹ ਕਿਤਾਬ ਹੁਣ ਤੱਕ ਵੀ ਛਾਪੀ ਨਹੀਂ ਸੀ ਜਾਂ ਫਿਰ ਮੈਨੂੰ ਹੀ ਇਹਦੇ ਛਪਣ ਬਾਰੇ ਕੋਈ ਸੂਚਨਾ ਨਹੀਂ ਸੀ। ਵੇਖ ਮਲਿਕਾ ਜਸਬੀਰ ਆਇਆ। ਮੈਂ ਕਿਤਾਬ ਦਾ ਨਾਮ ਮੁੜ ਪੜਿਆ ਤੇ ਸਫੇ ਉੱਥੱਲੇ ਪੰਨਵੇਂ ਸਫੇ ਤੇ ਮੇਰੀ ਨਜ਼ਰ ਟਿਕ ਗਈ। ਸਮਰਪਣ ਦੀ ਸਤਰ ਕੁਝ ਹੋਰ ਉਝੀ ਸੀ। ਉਸ ਜਸਬੀਰ ਭੁੱਲਰ ਦੇ ਨਾਂ ਜੋ ਗਿਆ ਨਹੀਂ ਆਇਆ ਇਹ ਇੱਕ ਸਮਰਪਣ ਹੋਇਆ ਪਹਿਲਾਂ ਮੇਰੀ ਨੀਂਦ ਓਖੜ ਗਈ ਸੁਪਨੇ ਨੇ بیوی ਨੂੰ ਝੋਰਾ ਲਾ ਦਿੱਤਾ ਉਹਨੂੰ ਜਾਪਿਆ ਸੁਪਨਾ ਹੋਣੀ ਦਾ ਸੁਣਿਆ ਸੀ ਉਸ ਗਿਆ ਆਪਾਂ ਨਹੀਂ ਚਪਵਾਣੀ ਹੈ ਕਿਤਾਬ ਮੈਂ ਆਪਣੇ ਮੁਹੱਬਤੀ ਦੋਸਤ ਗੁਰਬਚਨ ਸਿੰਘ ਭੁੱਲਰ ਨੂੰ ਸੁਪਨੇ ਬਾਰੇ ਦੱਸਿਆ ਉਹ ਹੱਸ ਪਿਆ ਸੁਪਨੇ ਨੇ ਤੇਰੀ ਕਿਤਾਬ ਦਾ ਸਮਰਪਣ ਲੱਭ ਲਿਆ ਇਹਨਾਂ ਮਾਨਤਾ ਇਹਦਾ ਮਾਨਤਾ ਰੱਬ ਜਾਣੇ ਮੇਰੇ ਸੁਪਨੇ ਦੀ ਕਹਾਣੀ ਨੂੰ ਕਈ ਜਣਿਆਂ ਨੇ ਸੁਣਿਆ ਤੇ ਵਿਤਮੁਜਬ رائے ਵੀ ਦਿੱਤੀ ਕਿਤਾਬ ਦੇ ਛਪਾਉਣ ਜਾਂ ਨਾ ਛਪਾਉਣ ਦੇ ਮਸਲੇ ਨੂੰ ਲੈ ਕੇ ਕਿਤਾਬ ਦੀ ਜਿਉਂ ਪੈ ਚੜੀਏ ਮਰ ਜਾ ਚੜੀਏ ਵਾਲੀ ਸਥਿਤੀ ਬਣੀ ਰਹੀ ਫਾਈਲ ਚ ਸਾਵ ਰੋਲ ਦੇ ਖਰੜੇ ਨੂੰ 2 ਸਾਲ ਹੋਰ ਬੀਤ ਗਏ ਇੱਕ ਸਵੇਰ ਇਹੋ ਜੇ ਚੰਦਰੇ ਸੁਪਨੇ ਦੇ ਵੇਲੇ ਹੀ ਮੈਂ ਉੱਠ ਕੇ ਬੈਠ ਗਿਆ ਅਜਬ ਡੰਗੋਰੀਆਂ ਦੀ ਭਾਲ ਵਿੱਚ ਸੀ ਮੈਂ ਕੋਈ ਵੀ ਕੌਣ ਸੀ ਮੇਰੇ ਜਿਉਣ ਮਰਨ ਦੇ ਹਰਫਾਂ ਦੀ ਪੇਸ਼ੀਨ ਗੋਈ ਕਰਨ ਵਾਲਾ ਦੋਸਤਾਂ ਨੇ ਮੇਰੇ ਹੋਣ ਦੇ ਹਰਫਾਂ ਸੋਚਾਂ ਤੇ ਸੁਪਨਿਆਂ ਨੂੰ ਕਿਤਾਬ ਕਰਨਾ ਸੀ ਦੋਸਤ ਸਨ ਜਿਨ੍ਹਾਂ ਨੇ ਉਹਨਾਂ ਹਰਫਾਂ ਨੂੰ ਮੁਹੱਬਤ ਦੇਣੀ ਸੀ ਮੈਨੂੰ ਜਿਉਂਦੇ ਨੂੰ ਉਹਨਾਂ ਹੋਰ ਜਿਉਂਦਿਆਂ ਕਰਨਾ ਸੀ ਦੂਰ ਕਿਦਰੇ ਪੁਲੀ ਉੱਤੇ ਬੈਠਾ ਆਖਰੀ ਸੱਚ ਜੋ ਮੈਨੂੰ ਦੇਖ ਵੀ ਰਿਹਾ ਹੈ ਤੇ ਉਹ ਜਾਣੇ ਜਦੋਂ ਮਿੱਥਿਆ ਹੋਇਆ ਵੇਲਾ ਆਇਆ ਉਹ ਯਕੀਨ ਰੱਖੇ ਮੈਂ ਪਹੁੰਚ ਜਾਵਾਂਗਾ ਉੱਥੇ ਫਿਲਹਾਲ ਕਿਤਾਬਾਂ ਛਪੇ ਵੇਖ ਮਲਿਕਾ ਜਸਬੀਰ ਆਇ ਹਵਾਜ ਫੜਫੜਾ ਰਹੀ ਇਸ ਹਾਕ ਨੂੰ ਆਲਣਾ ਤਾਂ ਮਿਲੇ ਧੰਨਵਾਦ